ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੇ 256 ਵੱਖ-ਵੱਖ ਅਹੁਦੇਦਾਰਾਂ ਦੀ ਸੂਚੀ ਅੱਜ ਇੱਥੇ ਮੁੱਖ ਸੰਸਦੀ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ 3 ਵਿਧਾਨ ਸਭਾ ਹਲਕਿਆਂ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ। ਇਸ ਦੌਰਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਚੇਅਰਮੈਨ, ਯੂਥ ਵਿਕਾਸ ਬੋਰਡ ਰੋਜੀ ਬਰਕੰਦੀ ਪ੍ਰਧਾਨ, ਯੂਥ ਅਕਾਲੀ ਦਲ ਮਾਲਵਾ ਜ਼ੋਨ ਅਵਤਾਰ ਸਿੰਘ ਬਰਾੜ ਚੇਅਰਪਰਸਨ PRTC ਅਤੇ ਮਾਲਵਾ ਜ਼ੋਨ ਦੇ ਹੋਰ ਵੀ ਵੱਖ-ਵੱਖ ਅਹੁਦੇਦਾਰ ਹਾਜ਼ਰ ਸਨ। ਮਨਤਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੁਰਾ ਅਤੇ ਜੈਤੋਂ ਦੇ ਸੀਨੀਅਰ ਆਗੂਆਂ ਦੀ ਸਲਾਹ ਅਤੇ ਸਹਿਮਤੀ ਨਾਲ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਇਸ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਉਪਰੰਤ ਜ਼ਿਲ੍ਹਾ ਫਰੀਦਕੋਟ ਵਿੱਚ ਪਹਿਲੀ ਵਾਰੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ 3 ਹਲਕਿਆਂ ਦੇ ਸੀਨੀਅਰ ਆਗੂਆਂ ਨੂੰ ਸਥਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 6 ਸਰਪ੍ਰਸਤ, 64 PAC ਮੈਂਬਰ, 14 ਸੀਨੀਅਰ ਮੀਤ ਪ੍ਰਧਾਨ, 21 ਪ੍ਰਧਾਨ, 21 ਜਨਰਲ ਸਕੱਤਰ, 1 ਦਫ਼ਤਰੀ ਸਕੱਤਰ, 15 ਸਕੱਤਰ, 1 ਖਜਾਨਚੀ, 27 ਜਥੇਬੰਦਕ ਸਕੱਤਰ, 79 ਵਰਕਿੰਗ ਕਮੇਟੀ ਮੈਂਬਰ ਅਤੇ 7 ਸਰਕਲ ਪ੍ਰਧਾਨ ਬਣਾਏ ਗਏ ਹਨ। ਕੋਟਕਪੁਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ, ਜਗਤ ਸੇਵਕ, ਵੈਬ TV। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਰੀਦਕੋਟ ਦੀ ਜੋ ਜਥੇਬੰਦੀ ਗਠਿਤ ਕੀਤੀ ਗਈ ਹੈ, ਉਹ ਜਥੇਬੰਦੀ ਜਿਹੜੀ ਹੈ ਉਹਦੀ ਲਿਸਟ ਅਸੀਂ ਉਹਦੇ ਵਿੱਚ ਸਰਪ੍ਰਸਤ PAC ਮੈਂਬਰ ਜ਼ਿਲ੍ਹੇ ਲੈਵਲ ਦੇ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਉਹਦੇ ਨਾਲ ਜਨਰਲ ਸਕੱਤਰ, ਸਕੱਤਰ ਜਨਰਲ, ਦਫ਼ਤਰ ਸਕੱਤਰ ਅਤੇ ਜਥੇਬੰਦਕ ਸਕੱਤਰ, ਸੰਯੁਕਤ ਸਕੱਤਰ ਅਤੇ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰ ਹੈ, ਉਹ ਸਾਰੀ ਲਿਸਟ ਹੈ ਜਿਹੜੀ ਉਹ ਅਸੀਂ ਸਾਰੇ ਪ੍ਰੈਸ ਵਾਲੇ ਵੀ ਖੜ੍ਹੇ, ਉਹਨਾਂ ਨੂੰ ਅਸੀਂ ਦੇ ਦਿੱਤੀ ਹੈ। ਗਿਣਤੀ ਜਿਹੜੀ ਹੈਗੀ ਹੈ ਉਹ ਜਿਵੇਂ ਸਰਪ੍ਰਸਤ ਸਾਡੇ 6 ਹਨ, 2-2 3 ਹਲਕੇ ਆ, 2-2 ਹਰੇਕ ਹਲਕੇ ਦੇ, ਇਵੇਂ 3-3 ਸਾਡੇ ਸੀਨੀਅਰ ਮੀਤ ਪ੍ਰਧਾਨ ਹਨ, ਇਵੇਂ 4-4 ਹਲਕੇ ਮਗਰ ਸਾਡੇ ਮੀਤ ਪ੍ਰਧਾਨ ਹਨ, ਇਵੇਂ 4-4 ਸਾਡੇ ਜਨਰਲ ਸਕੱਤਰ ਹਨ, ਇਵੇਂ 6-6 ਸਾਡੇ ਜਥੇਬੰਦਕ ਸਕੱਤਰ ਦੇ ਇਸ ਰਿਸ਼ੋ ਦੇ ਵਿੱਚ ਜਿਹੜੀ ਹੈ ਆਪਣੇ ਉਹ ਦਿੱਤੀ ਆ। ਬਾਕੀ ਵਰਕਿੰਗ ਕਮੇਟੀ ਮੈਂਬਰ ਹੈ, ਉਹ ਅਸੀਂ 89 ਮੈਂਬਰ ਵਰਕਿੰਗ ਕਮੇਟੀ ਬਣਾਈ ਹੈ ਅਤੇ ਇਹ ਸਾਰੀ ਜਿਹੜੀ ਲਿਸਟ ਹੈ ਇਹ ਸਾਡੀ ਅਕਾਲੀ ਦਲ ਦੇ ਦਫ਼ਤਰ 'ਚੋਂ ਹੋਣ ਤੋਂ ਬਾਅਦ ਅਸੀਂ ਅੱਜ ਇਹ ਜਾਰੀ ਕੀਤੀ ਹੈ ਅਤੇ ਮੈਂ ਹੁਣ ਜਿੰਨੇ ਵੀ ਅਹੁਦੇਦਾਰ ਬਣਾਏ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਜਾ ਕੇ ਆਪਣਾ ਪਾਰਟੀ ਦੇ ਪ੍ਰਤੀ ਤਨਦੇਹੀ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਵਾਸਤੇ ਅਤੇ ਸਮੁੱਚੇ ਪੰਜਾਬ ਦੇ ਵਿੱਚ ਪਾਰਟੀ ਵਾਸਤੇ, ਪਾਰਟੀ ਦੀ ਮਜ਼ਬੂਤੀ ਵਾਸਤੇ ਸਹਿਯੋਗ ਕਰਨ। ਇਸ ਦੇ ਨਾਲ ਨਾਲ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਮਾਲਵਾ ਜ਼ੋਨ ਦੇ ਜੋ ਪ੍ਰਧਾਨ ਹਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜੀ, ਉਹਨਾਂ ਨੇ ਵੀ ਸਾਡੇ ਫਰੀਦਕੋਟ ਜ਼ਿਲ੍ਹੇ ਦੀ ਯੂਥ ਅਕਾਲੀ ਦਲ ਦੀ ਜਿਹੜੀ ਲਿਸਟ ਹੈ ਉਹ ਰਿਲੀਜ਼ ਕੀਤੀ ਹੈ ਅਤੇ ਮਾਲਵਾ ਜ਼ੋਨ ਦੇ ਜਿਹੜੇ ਅਸੀਂ ਆਪਣੇ ਜ਼ਿਲ੍ਹੇ ਦੇ ਰਾਜ ਨੂੰ ਦੇ ਦਿੱਤੇ ਹੈ ਅਤੇ ਉਹ ਇਹਨਾਂ ਨੇ ਇਕੱਠੇ ਜਾ ਕੇ ਕੱਲ੍ਹ ਨੂੰ ਜਾਂ ਪਰਸੋਂ ਉੱਥੇ ਰਿਲੀਜ਼ ਕਰਨੀ ਹੈ, ਉਹਦੇ ਬਾਰੇ ਡਿਟੇਲ ਦੇ ਵਿੱਚ ਸਾਨੂੰ ਤੁਸੀਂ ਜੀ ਦੱਸ ਦਿਓ। ਅੱਜ ਮੈਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੀ ਸਮੁੱਚੀ ਲੀਡਰਸ਼ਿਪ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਇੱਥੇ ਬਰਾਦਮਾਨ ਆ, ਉਹਨਾਂ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਵੀ ਉਹਨਾਂ ਦੀ ਰਹਿਨਮਾਈ ਹੇਠਾਂ ਸਾਡਾ ਜ਼ਿਲ੍ਹਾ ਪ੍ਰਧਾਨ ਕਮਲ ਸਿੰਘ ਸੰਧੂ ਨੇ ਅੱਜ ਬੋਡੀ ਅਨਾਊਂਸ ਕੀਤੀ ਅਸੀਂ ਫਰੀਦਕੋਟ ਡਿਸਟ੍ਰਿਕਟ ਦੀ ਸਾਰੀ ਯੂਥ ਦੀ, ਜਿਹਦੇ ਤਕਰੀਬਨ 66 ਮੈਂਬਰ ਅਸੀਂ ਲਏ ਆ। ਤਾਂ ਕੁਛ ਜਿਹੜੀ ਲਿਸਟ ਆ ਉਹ ਮਾਲਵਾ ਜ਼ੋਨ ਦੇ ਵਿੱਚ ਮਨਤਾਰ ਸਿੰਘ ਜੀ ਬਰਾੜਹਰਾ ਨੇ, ਭੱਟੀ ਸਾਹਿਬ ਹਰਾਂ ਨੇ ਫਰੀਦਕੋਟ ਦੇ ਜਿਹੜੇ ਹਲਕੇ ਦੇ ਕੁਛ ਪਹਿਲਾਂ ਅਨਾਊਂਸ ਹੋ ਗਏ ਸੀ, ਕੁਛ ਇਹਨਾਂ ਨੇ ਆਹ ਲਿਸਟ ਦਿੱਤੀ ਉਹ ਅਸੀਂ ਕਿ ਪਰਸੋਂ ਸਾਰੇ ਮਾਲਵਾ ਜ਼ੋਨ ਦੀ ਬਠਿੰਡੇ ਰਿਲੀਜ਼ ਕਰਾਂਗੇ। ਤਾਂ ਤਕਰੀਬਨ ਸਾਰੀ ਇਸ ਤੋਂ ਬਾਅਦ ਸਾਰੀ ਮਾਲਵਾ ਜ਼ੋਨ 1 ਦੀ ਸਾਰੀ ਜਥੇਬੰਦੀ ਗਠਿਤ ਹੋ ਗਈ ਆ ਅਤੇ ਕਿਉਂਕਿ ਨੌਜਵਾਨ ਇੱਕ ਹਰਿਆਵਲ ਦਸਤਾ ਸ਼੍ਰੋਮਣੀ ਅਕਾਲੀ ਦਲ ਦਾ, ਯੂਥ ਅਕਾਲੀ ਦਲ, ਤਾਂ ਸਾਰਿਆਂ ਦੀ ਡਿਊਟੀ ਇੱਕੋ ਹੀ ਆ ਵੀ ਸਰਕਾਰ ਨੇ ਜੋ ਡਿਵੈਲਪਮੈਂਟ ਕੀਤੀ ਆ ਉਹਦਾ ਪਿੰਡ ਪਿੰਡ ਘਰ ਘਰ ਜਾ ਕੇ ਪ੍ਰਚਾਰ ਕਰਨਾ ਅਤੇ ਜੋ ਵੀ ਸਰਕਾਰ ਦੀਆਂ ਪ੍ਰਾਪਤੀਆਂ ਹੋਈਆਂ ਉਸ ਦੇ ਬਾਰੇ ਜਾ ਕੇ ਲੋਕਾਂ ਨੂੰ ਜਾਣੂ। ਓਕੇ।